ਤੇ ਲੋਕ ਸਭਾ ਚੋਣਾਂ 2019 ਚੋਣਾਂ ਨੂੰ ਲੈ ਕੇ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਬਸ 6 ਦਿਨ ਹੋਰ ਤੇ ਪਹਿਲੇ ਪੜਾਅ ਦੇ ਚੋਣ 11 ਤਰੀਕ ਤੋਂ ਲੋਕਤੰਤਰ ਦੇ ਤਿਉਹਾਰ ਦਾ ਆਗਾਜ਼ ਹੋਣ ਜਾ ਰਿਹਾ ਅਤੇ ਹਰ ਸਿਆਸੀ ਪਾਰਟੀ ਪੁਰਜ਼ੋਰ ਨਾਲ ਚੋਣ ਪ੍ਰਚਾਰ ਵਿੱਚ ਜੁਟੀ ਹੋਈ ਹੈ। ਜਿੱਥੇ ਪਾਰਟੀਆਂ ਆਪਣੀ ਸਿਫਤਾਂ ਕਰ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੀ ਹੈ, ਉੱਥੇ ਵਿਰੋਧੀਆਂ ਅਤੇ ਸ਼ਬਦੀ ਹਮਲੇ ਵੀ ਜਾਰੀ ਹਨ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਹੁੰਗਾਰ ਭਰੀ। ਆਪਣੇ ਅੰਦਾਜ਼ ਵਿੱਚ PM ਨੇ ਜਿੱਥੇ ਜਨਤਾ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਵਿਰੋਧੀਆਂ ਅਤੇ ਸ਼ਬਦੀ ਹਮਲੇ ਵੀ ਕੀਤੇ। ਦੂਜੇ ਪਾਸੇ BJP ਦੇ ਕੌਮੀ ਪ੍ਰਧਾਨ ਅਤੇ ਗੁਜਰਾਤ ਦੇ ਗਾਂਧੀਨਗਰ ਤੋਂ ਲੋਕ ਸਭਾ ਉਮੀਦਵਾਰ ਅਮਿਤ ਸ਼ਾਹ ਨੇ ਅਰੁਣਾਚਲ ਪ੍ਰਦੇਸ਼ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਮਿਤ ਸ਼ਾਹ ਚੌਕੀਦਾਰ ਦੀਆਂ ਸਫਤਾਂ ਅਤੇ ਵਿਰੋਧੀਆਂ ਨੂੰ ਲਪੇਟੇ ਵਿੱਚ ਲੈਂਦੇ ਹੋਏ ਨਜ਼ਰ ਆਏ। ਬਲਕਿ 130 ਕਰੋੜ ਭਾਰਤੀਓ ਕਾ ਹੈ, ਖਾੜੀ ਦੇਸ਼ੋ ਕੇ ਵਿਕਾਸ ਮੇਂ ਯੋਗਦਾਨ ਦੇ ਰਹੇ ਹਮਾਰੇ ਲਾਖੋਂ ਭਾਰਤੀਓ ਕਾ ਹੈ। ਕੁਛ ਸਾਲ ਪਹਿਲੇ ਸਾਊਦੀ ਅਰਬ ਨੇ ਵੀ ਮੁਝੇ ਹਮ ਸਭੀ ਕੋ ਇੱਕ ਪ੍ਰਕਾਰ ਸੇ ਪੂਰੇ ਭਾਰਤ ਵਾਸੀਓ ਕੋ ਵਹਾਂ ਕਾ ਸਰਵੋੱਚ ਨਾਗਰਿਕ ਪੁਰਸਕਾਰ ਦਿਆ ਥਾ। ਭਾਈ ਔਰ ਬਹਿਣੋ, ਦੁਨੀਆ ਮੇਂ ਭਾਰਤ ਕੀ ਸਾਖ ਔਰ ਸਨਮਾਨ ਅਗਰ ਨਈ ਉਚਾਈ ਪਰ ਪਹੁੰਚਾ ਹੈ ਤੋ ਇਸਕੇ ਪੀਛੇ ਆਪ ਸਬਕੇ ਆਸ਼ੀਰਵਾਦ ਹੈ, ਆਪ ਸਬਕਾ ਸਹਿਯੋਗ ਹੈ। ਭਾਈ ਔਰ ਬਹਿਣੋ, ਦੇਸ਼ ਕੀ ਸਾਖ ਰਹੇ ਇਸਕੇ ਲੀਏ ਮਜ਼ਬੂਤ ਸਰਕਾਰ ਕਾ ਹੋਣਾ ਬਹੁਤ ਜ਼ਰੂਰੀ ਹੈ। ਮਜ਼ਬੂਤ ਸਰਕਾਰ ਹੀ ਕੜੇ ਔਰ ਬੜੇ ਫੈਸਲੇ ਲੈ ਪਾਤੀ ਹੈ, ਦੇਸ਼ ਕੋ ਆਗੇ ਬੜਾ ਪਾਤੀ ਹੈ। ਆਪ ਮੁਝੇ ਬਤਾਈਏ, ਆਜ ਦੁਨੀਆ ਮੇਂ ਹਿੰਦੁਸਤਾਨ ਕਾ ਡੰਕਾ ਬਜ ਰਹਾ ਹੈ ਕਿ ਨਹੀਂ ਬਜ ਰਹਾ ਹੈ? ਅਮੇਰਿਕਾ ਮੇਂ ਵੀ ਭਾਰਤ ਕਾ ਡੰਕਾ ਬਜ ਰਹਾ ਹੈ ਕਿ ਨਹੀਂ ਬਜ ਰਹਾ ਹੈ? ਜਰਮਨੀ ਮੇਂ ਵੀ ਭਾਰਤ ਕਾ ਡੰਕਾ ਬਜ ਰਹਾ ਹੈ ਕਿ ਨਹੀਂ ਬਜ ਰਹਾ ਹੈ? ਇੰਗਲੈਂਡ ਮੇਂ ਵੀ ਭਾਰਤ ਕਾ ਡੰਕਾ ਬਜ ਰਹਾ ਹੈ ਕਿ ਨਹੀਂ ਬਜ ਰਹਾ ਹੈ? ਦੁਨੀਆ ਕੇ ਸਭੀ ਦੇਸ਼ੋ ਮੇਂ ਹਿੰਦੁਸਤਾਨ ਕਾ ਡੰਕਾ ਬਜ ਰਹਾ ਹੈ ਕਿ ਨਹੀਂ ਬਜ ਰਹਾ ਹੈ? ਯੇ ਸਾਰੀ ਦੁਨੀਆ ਮੇਂ ਭਾਰਤ ਕਾ ਜੈ ਜੈਕਾਰ ਹੋ ਰਹਾ ਹੈ, ਇਸਕਾ ਕਾਰਨ ਕਿਆ ਹੈ? ਯੇ ਦੁਨੀਆ ਮੇਂ ਜੈ ਜੈਕਾਰ ਹੋ ਰਹਾ ਹੈ, ਇਸਕਾ ਕਾਰਨ ਕਿਆ ਹੈ? ਇਸਕਾ ਕਾਰਨ ਮੋਦੀ ਨਹੀਂ ਹੈ, ਇਸਕਾ ਕਾਰਨ ਆਪ ਲੋਗ ਹੈ। ਅਰੁਣਾਚਲ ਸੇ ਲੇਕਰ ਕੰਨਿਆਕੁਮਾਰੀ ਤੱਕ ਔਰ ਅਸਾਮ ਸੇ ਲੇਕਰ ਗੁਜਰਾਤ ਤੱਕ ਪੂਰੇ ਦੇਸ਼ ਕੀ ਜਨਤਾ ਨੇ ਤੈਅ ਕੀਆ ਹੈ ਕਿ ਅਗਲੀ ਸਰਕਾਰ ਮੋਦੀ ਸਰਕਾਰ ਹੋਣੇ ਵਾਲੀ ਹੈ, ਨਰੇਂਦਰ ਮੋਦੀ ਫਿਰ ਸੇ ਪ੍ਰਧਾਨ ਮੰਤਰੀ ਔਰ ਵੋ ਇਸ ਲਈ ਬਣਨੇ ਵਾਲੇ ਹੈ ਕਿ 5 ਸਾਲ ਕੇ ਅੰਦਰ ਨਰੇਂਦਰ ਮੋਦੀ ਜੀ ਨੇ ਦੇਸ਼ ਕੀ ਪਰਿਸਥਿਤੀ ਕੇ ਅੰਦਰ ਬਹੁਤ ਬੜਾ ਬਦਲਾਵ। ਇਹ ਬਾਤ ਹੋ ਜਰਾ ਬੈਠ ਜਾਓ, ਬਹੁਤ ਬੜਾ ਬਦਲਾਵ ਕਰਨੇ ਕਾ ਕਾਮ ਕੀਆ ਹੈ। 5
साल पहले नॉर्थ ईस्ट की स्थिति देखिए क्या स्थिति थी। 5 साल पहले अपना यह नॉर्थ ईस्ट अशांति से ग्रस्त था, विकास का कहीं नामो निशान नहीं था, भ्रष्टाचार, दल बदल, अस्थिरता, ये सारी चीजें नॉर्थ ईस्ट के विकास को रोक कर खड़ी थी। 5 साल के बाद आज नॉर्थ ईस्ट के अंदर कहीं बम के धमाके, बंदूक के, गोलियों के धमाके सुनाई नहीं पड़ते हैं। नॉर्थ ईस्ट के अंदर शांति लाने का काम नरेंद्र मोदी की भारतीय जनता पार्टी की सरकार ने किया है। अब पूरा नॉर्थ ईस्ट विकास के रास्ते, नॉर्थ ईस्ट के अंदर स्थिरता लाने का काम भारतीय जनता पार्टी की नरेंद्र मोदी सरकार ने किया है। नॉर्थ ईस्ट को विकास के रास्ते पर ले जाने का काम भारतीय जनता पार्टी की नरेंद्र मोदी सरकार ने किया है। मित्रों, नॉर्थ ईस्ट आज नॉर्थ ईस्ट के सभी राज्य ट्रेन से जुड़ चुके हैं, रोड से जुड़ चुके हैं, विमान से जुड़ चुके हैं, सभी राजधानियों को एयरपोर्ट से जोड़ने का काम भारतीय जनता पार्टी की नरेंद्र मोदी सरकार ने किया है। और अभी अभी अरुणाचल का हवाई अड्डा भी उसका भूमि पूजन करने का काम भारतीय जनता पार्टी की नरेंद्र मोदी सरकार ने किया।